ਮੈਂ ਲਾਉਂਦਾ ਥੱਲੇ ਲੱਗੀ ਬ੍ਰੇਕ ਓਕੇ ਦੂਆ ਸਾਈਡ ਨਾਲ ਤੇ ਲੱਗੀ। ਹੈਲੋ ਗਾਇਜ਼, ਅਸਲਾਮ ਵਾਲੇਕੁਮ, ਤੇ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਸਿਹਤਾਂ ਤੇ ਵੀ ਤਾਂ ਉਮੀਦ ਕਰਨਾ ਠੀਕ ਹੋਣੀਆਂ ਨੇ। ਚੱਲ ਅਸੀਂ ਜਾਣਾ ਚਕਵਾਲ, ਅਤੇ ਅਸੀਂ ਹੁਣ ਮਤਲਬ ਗਾਹੋਂ ਨਿਕਲਿਆ ਹੁਣ, ਅਤੇ ਪਹਿਲਾਂ ਤਾਂ ਮੇਰੀ ਸਲਾਹ ਮੈਂ ਕਰਿਆ ਟੁੱਟ ਜਾਵਾਂ ਚਕਵਾਲ, ਮੈਂ ਇੰਨਾ ਲੰਮਾ ਸਫ਼ਰ ਇੱਕਣਿਆ ਮੈਂ ਕਿਤੇ ਜਾਣਾ, ਅਤੇ ਆਹ ਅਸੀਂ ਹੁਣ ਘਰੋਂ ਨਿਕਲਿਆ ਹਾਂ। ਅਤੇ ਮੈਂ ਹੁਣ ਕੀਤੀ ਕਾਲ ਅਸਗਰ ਨੂੰ ਵੀ, ਅਤੇ ਰਫਾਕਤ ਨੂੰ ਵੀ, ਸ਼ਬੀਰ ਸਾਹਿਬ ਅੱਜ ਬਿਜ਼ੀ ਆ, ਉਹਨੂੰ ਨਾ ਸਾਡੇ ਨਾਲ ਆ ਸਕੇ, ਅਤੇ ਨਿਕਲਿਆ ਉਹਨਾਂ ਨੂੰ ਕਾਲ ਕਰਕੇ ਜਾ ਕੇ ਆ ਰੈਡੀ ਸ਼ੈਡੀ ਹੋ ਜਾਓ, ਰੋਡ 'ਤੇ ਆ ਜਾਓ, ਅਤੇ ਤੁਹਾਨੂੰ ਰਿਸੀਵ ਕਰ ਲੈਂਦੇ ਹਾਂ। ਹੁਣ ਰਿਸੀਵ ਕਰਨ ਜਾ ਰਹੇ ਹਾਂ, ਰਿਸੀਵ ਕਰਦੇ ਨਿਕਲਿਆ ਮੈਂ ਚਕਵਾਲ, ਨਾਲੇ ਤੁਹਾਨੂੰ ਵੀਡੀਓ ਦਿਖਾਸਾਂ, ਨਾਲੇ ਇੰਜੋਏ ਕਰਦੇ ਜਸ, ਇਹਨਾਂ ਦੋਵਾਂ ਰਿਸੀਵ ਕਰਦੇ ਹਾਂ, ਪਾਉਂਦੇ ਹਾਂ। ਉਸਤਾਦ ਜੀ ਆਓ। ਅਗਲੇ ਬੰਦੇ ਨੇ ਵੀ ਫੋਨ ਕਰ ਲਓ ਵੀ ਜਿਹਦੇ ਕੋਲ ਚੱਲੇ ਆ, ਠੀਕ ਹੈ, ਹੁਣ ਦੱਸ ਦੇ ਬਾਈ ਜੀ ਕੀਤੇ ਆ, ਰਾਤੀ ਕਾਲ ਕਰਕੇ ਦੱਸ ਛੜੇ, ਮੈਂ ਆ ਜਾਣਾ ਬਸ, ਮੇਰਾ ਵਿਸ਼ਵਾਸ ਨਾਲ ਤੇ ਪਹੁੰਚ ਜਾਵੀ, ਤੇ ਮੈਂ ਕਿਹਾ ਚਲੋ ਫਿਰ ਮੋਟਰ ਤੇ ਉਹ ਚੜ੍ਹ ਕੇ ਨਾ ਹੁਣ ਫੋਨ ਕਰਦੇ ਸਾਜੀ, ਅਸੀਂ ਨਿਕਲ ਆਏ ਆ, ਤੇ ਉਹਨਾਂ ਨੂੰ ਦੱਸਦੇ ਮੋਟਰ ਵਿੱਚ ਚੜ੍ਹੇ ਆ ਬਾਈ, ਤੁਹਾਡੇ ਕੋਲ ਘੰਟੇ ਘੰਟੇ ਡੇਢ ਦਿਨ ਪਹੁੰਚੇ ਸਾ, ਤੇ ਹੁਣ ਦੱਸ ਦਿੰਦੇ ਕੋਈ ਫੋਨ ਕਰਕੇ, ਉਧਰ ਮੈਂ ਬਰਾਕ ਕਰਾਂ ਤੇ ਫੋਨ ਕਰਾਂ ਤੇ ਗੱਡੀ ਚਲਾਉਣਾ, ਤਰੇ ਕੰਮ ਦੱਸੋ, ਮੇਰੇ ਪਤਾ ਜਿਸ ਤਰ੍ਹਾਂ ਮੈਂ ਸ਼ਹਿਰ ਚਲਾਉਂਦਾ ਗੱਡੀ ਤੁਸੀਂ ਚਲਾ ਦਿਓ, ਸੋਖਾ ਕੰਮ, ਪਿੱਛੇ ਟੱਲੋ ਵੀ ਆ ਰਿਹਾ, ਟੱਲੋ ਆ ਰਿਹਾ ਤੇ ਟੱਲੋ ਬੜਾ ਦੂਰ ਹੈ ਬਾਈ, 100 ਦੀ ਸਪੀਡ ਤੇ ਆਈ ਗੱਡੀ, ਅਗਲੀ ਗਾੜੀ ਸੇ ਮੁਨਾਸਬ ਫਾਸਲਾ ਰੱਖੇ, ਟੱਲੋ ਨੂੰ ਪੜਨ ਹੁੰਦਾ, ਇੱਥੇ ਲਾਉਂਦੇ ਹਾਂ ਗੱਡੀ, ਮੈਂ ਲਾਉਂਦਾ ਥੱਲੇ ਲੱਗੀ ਬ੍ਰੇਕ ਓਕੇ, ਦੂਆ ਸਾਈਡ ਨਾਲ ਤੇ ਲੱਗੀ। Oh, hey.
ਸੁਬਾਹ ਸੁਬਾਹ ਦੀ ਕੈਸੀ ਕੈਸੀ ਠੰਡੀ ਹਵਾ ਆ ਰਹੀ ਹੈ, ਮਜ਼ਾ ਆ ਗਿਆ ਉਸਤਾਦ ਜੀ ਮੈਂ ਕਹਿੰਦਾ ਮਜ਼ਾ ਆਇਆ ਬਿਲਕੁਲ ਅੱਛਾ ਜੀ ਹੁਣ ਅਸੀਂ ਨਾ ਮੇਰੀ ਸਰਾਹ ਕੇ ਗੱਡੀ ਮੈਂ ਤਾਜਸ ਕਰਨਾ ਦੇ ਛੱਡੀਏ, ਮੈਂ ਕਿਹਾ ਤੁਸੀਂ ਚਲਾਓ ਅਸੀਂ ਫੋਨ ਵੀ ਕਰ ਲਵੀਏ, ਤਾਜਸ ਕਰਨਾ ਦੇ ਛੱਡੀਏ, ਮੈਂ ਕਿਹਾ ਤੁਸੀਂ ਚਲਾਓ ਅਸੀਂ ਫੋਨ ਵੀ ਕਰ ਲਵੀਏ, ਤੇ ਫਿਰ ਰਾਗ ਸ਼ਰਾਬ ਵੀ ਆਪਣਾ ਬਣਾ ਲਵੀਏ ਕਿਤੇ ਕਿ ਮੇਰਾ ਮੋਬਾਇਲ ਕਿਤੇ ਕੋਲ ਮੈਨੂੰ ਫੋਨ ਕਰ ਲਵਾਂ ਜ਼ਰਾ ਬੰਦੇ ਨੂੰ, ਉਸ ਤੋਂ ਬਾਅਦ ਮੈਂ ਹੁਣ ਚਲਾਵਾਂ। ਚਲੋ ਟੋਲੋ ਤੁਸੀਂ ਅੱਲਾ ਦੇ ਨਾਮ ਪੜੋ ਬਿਸਮਿਲਲਾ ਪੜੋ ਤੇ ਚਲੋ ਐਂਡ ਚੀ ਕੀ ਆ ਗਿਆ। ਅਸਲਾਮ ਅਲੈਕਮ ਜੀ ਨਵੀਦ ਬਾਈ, ਕੀ ਹਾਲ ਹੈ? ਠੀਕ ਹੋ? ਸਿਹਤ ਮੈਂ ਠੀਕ ਹੀ ਹੈ। ਨਵੀਦ ਬਾਈ ਮੈਂ ਨਾ ਜ਼ਰਾ ਮੋਟਰ 'ਤੇ ਚੜ੍ਹ ਜਾਂ ਅਤੇ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੇਵਾਂ ਕੀ ਗੱਲ ਬਣੀ ਜੀ, ਦਰਖਾਸਤ ਦੇ ਛੱਡੀਏ। ਉਹ ਮੈਸੇਜ ਤੋਂ ਕਰਵਾਉਣਾ, ਮੈਂ ਰਾਤੀ ਤੁਹਾਨੂੰ ਫੋਨ ਕੀਤਾ ਹੈ, ਮੁੜ ਮੈਂ ਤੁਹਾਨੂੰ ਮੈਸੇਜ ਕੀਤਾ, ਉਸ ਤੋਂ ਬਾਅਦ ਮੈਂ ਮੁੜ ਆ ਕੇ ਟੁੱਟ ਜਾਂਦਾ। ਪ੍ਰੋਗਰਾਮ ਸਾਡਾ ਵੱਢ ਗਿਆ, ਅਸੀਂ ਸਮਝਿਆ 50 ਕਿਲੋਮੀਟਰ ਸਫ਼ਰ ਕਰ ਰਹੇ ਹਾਂ। ਉਹ ਯਾਰ ਹੋਇਆ ਪਤਾ ਕਿਸੇ ਨੇ, ਮੈਂ ਰਾਤੀ ਪਹਿਲਾਂ ਉਹਨਾਂ ਨੂੰ ਮੰਦਰ ਕਾਲ ਕੀਤੀ, ਮੈਂ ਕਿਹਾ ਸ਼ਾਇਦ ਸਵਾਲ ਸਾਡਾ ਨਾ ਪ੍ਰੋਗਰਾਮ ਕਿਸੇ ਤਰੀਕੇ ਨਾਲ ਮੈਂ ਕੈਂਸਲ ਕਰ ਦੇਵਾਂ, ਉਸ ਰਿਸੀਵ ਨਹੀਂ ਕੀਤੀ, ਫਿਰ ਉਹਨੇ ਮੈਸੇਜ ਕੀਤਾ, ਉਸ ਮੈਸੇਜ ਰਿਸੀਵ ਨਹੀਂ ਕੀਤਾ, ਰਾਤੀ 11 ਦਾ ਟਾਈਮ ਹੈ। ਸਹੀ ਹੋ ਗਿਆ। ਅਤੇ ਮੈਂ ਫਿਰ ਉਸ ਮਸਲਾ ਨਹੀਂ ਮੁੰਡੋ ਜਾਂਦੇ ਜਾਣਾ ਜ਼ਰੂਰੀ ਹੈ, ਅਤੇ ਹੁਣ ਉਸ ਮੈਸੇਜ ਕੀਤਾ, ਉਸ ਭਾਈ ਤੁਹਾਡਾ ਮੈਸੇਜ ਸੁਣ ਮੈਂ ਤਾਂ ਮੈਨੂੰ ਕਰ ਦਿੱਤਾ। ਅੱਛਾ ਤੋ ਅਸਕਰ ਭਾਈ ਹੁਣ ਅਗਲੇ ਇੰਟਰਚੇਂਜ 'ਤੇ ਲੈ ਕੇ ਨਾ, ਅਤੇ ਉੱਥੋਂ ਲੈ ਕੇ ਅਤੇ ਫਿਰ ਵਾਪਸੀ ਪਿੱਛੇ ਮੁੜੋ, ਵਾਪਸੀ ਚਲੀ ਜੀ। ਸ਼ੁਕਰ ਜਲਦੀ ਪਤਾ ਲੱਗ ਗਿਆ, ਫਿਰ ਵਾਪਸੀ ਹੁਣ ਚਲੀ ਗਈ। ਵਾਪਸੀ ਜਲਦੀ ਪਤਾ ਲੱਗ ਗਿਆ, ਅਗਰ ਜ਼ਰਾ ਅਗਲੇ ਟੂਰ ਪਲਾਜ਼ਾ ਵੀ ਨੇੜੇ ਹੀ ਹੈ। ਇੱਕ ਮਿੰਟ ਸਰਕਾਰ ਉਹ ਵੇਖ ਨਾ, ਉਹ ਕੌਣ ਹੈ? ਇੱਕ ਨਜ਼ਰ ਮਾਰੋ ਨਾ ਸਰਕਾਰ, ਮੈਂ ਕੈਮਰਾ ਮਾਰ ਲਿਆ, ਨਜ਼ਰ ਮਾਰ ਲਈ। ਬਾਬਾ ਮੈਂ ਕਹਿ ਰਿਹਾ ਹੈ, ਕੀ ਕਹਿ ਰਿਹਾ? ਬਾਬਾ ਬੁਲਾ ਰਿਹਾ ਮੇਰੇ ਵੱਲ, ਬਾਲਮਾ ਬਾਲਮਾ ਉਹ ਬਾਲਮਾ ਗੱਡੀ ਚਲਾ ਲੈ, ਬਾਲਮਾ ਨਾ ਕਰ ਤੂੰ ਨਾ, ਬਾਲਮਾ ਕਹਿ ਰਿਹਾ, ਬਾਬਾ ਕਹਿ ਰਿਹਾ, ਮੈਨੂੰ ਪਤਾ ਮਾਰ ਰਿਹਾ ਹੈ। ਬਾਬਾ ਹੁਣ ਸਾਨੂੰ ਖਵਾ ਨਾਲ ਖਾ ਬਾਜੀ, ਮੈਂ ਗੱਲ ਸੁਣੋ, ਪਿਛਲੇ ਚੱਟੀ ਪਈ ਹੈ ਮੇਨ, ਇਹ ਸਰ ਚੱਟੀ ਪੁਣੀ ਤਿੰਨ। ਹਾਂਜੀ ਲਓ ਜੀ, ਅਸੀਂ ਆ ਗਏ ਹਾਂ ਜੀ ਬਾਬੇ ਕੋਲ, ਠੀਕ ਹੈ, ਬਾਬਾ ਜੀ ਬੰਦ ਹੋਏ ਫਿਰ, ਬਾਬਾ ਬੰਦ ਹੋਏ ਤੇ ਬਾਬੇ ਨੂੰ ਸਲਾਮ ਕਰਕੇ ਦੂਰੋਂ ਤੇ ਨਿਕਲ ਜਾਵਾਂਗੇ। ਅਸਗਰ ਸਾਹਿਬ ਕੈਸਾ ਲੱਗ ਰਿਹਾ ਫਿਰ ਭਾਈ ਜਾਨ, ਅਗੇਨ ਪ੍ਰੋਗਰਾਮ ਬਣ ਗਿਆ, ਸੁਬਾਹ ਦਾ ਦਿਨ ਨੀ ਸਾਡਾ ਕੋਈ ਨਾ ਅਜੀਬ, ਜੁਮੇ ਦਾ ਦਿਨ ਤਾਂ ਬੜਾ ਅੱਛਾ, ਸਾਡਾ ਦਿਨ ਬੜਾ ਗੁਜ਼ਰ ਰਿਹਾ, ਮਤਲਬ ਜਿਸ ਕੰਮੇ ਵਾਸਤੇ ਨਿਕਲੋ ਵੀ ਨਾ ਹੋਇਆ, ਹੁਣ ਬਾਈ ਨੂੰ ਬਾਬਾ ਦਿਸਿਆ, ਬਾਈ ਖੁਸ਼ ਹੋਏ ਬੜਾ, ਸਾਡੇ ਹੱਥ ਤੇ ਸਾਡਾ ਦਿਲ ਅਸੀਂ ਕੁਝ ਹੋਰ ਨਾਸ਼ਤਾ ਨੁਸ਼ਤਾ ਕਰ ਲਈਏ ਤੇ ਨਿਕਲ ਜਾਵੀਏ ਘਰੋ ਘਰੀ, ਡਾਬੇ ਤੋਂ ਨਾਸ਼ਤਾ ਕਰਦੇ ਹਾਂ, ਚਲੋ ਨਾਸ਼ਤਾ ਕਰਦੇ ਜੀ। ਅਸਗਰ ਬਾਈ ਜਾਨ ਇੱਕ ਡੱਬੇ ਤੇ ਵੇਖ ਕੇ ਗੱਡੀ ਰੋਕੀ ਸੀ, ਨਾਸ਼ਤਾ ਲੜ ਦਿੱਤਾ ਸੀ, ਨਾਸ਼ਤਾ ਹੁਣੇ ਆਰਾਮ ਚੈੱਕ ਕਰਦੇ ਪ੍ਰੋਗਰਾਮ ਵੱਧ ਗਿਆ, ਇੱਧਰ ਤੇਰਾ ਕਰਿਆ ਕੋਈ ਇਹ ਹੋਣਾ ਦਿੱਤਾ ਕੀ ਨਾਲ, ਅਸਗਰ ਬਾਈ ਜੀ ਕੀ ਅੱਗੇ ਫੁੱਟ ਕਰਦੀ ਹੈ ਬਾਈ ਜਾਨ, ਹੋਰ ਕੀ ਹੋਣਾ, ਤੁਸੀਂ ਮੇਰੇ ਕੱਪੜਿਆਂ ਦਾ ਹੀ ਪ੍ਰੋਗਰਾਮ ਵਾੜ ਚੁੱਕੇ, ਅੱਜ ਕੋਈ ਸਾਡੇ 3 ਵਾਰ ਪ੍ਰੋਗਰਾਮ ਵੜ ਚੁੱਕੇ ਹੋਣ ਦੇ ਕਾਰਨ, 3 ਵਾਰੀ ਮਤਲਬ ਕੰਮ ਖਰਾਬ ਹੀ ਹੋ ਰਿਹਾ, ਤੇ ਹੁਣ ਅਸੀਂ ਬਲੌਗ ਨੂੰ ਮੇਰਾ ਦਿਲ ਤੇ ਐਂਡ ਕਰ ਛੱਡੀਏ, ਤੇ ਅਗਲੇ ਬਲੌਗ 'ਚ ਮਿਲਦੇ ਹਾਂ, ਅਗਲੀ ਵੀਡੀਓ 'ਚ ਮਿਲਦੇ ਹਾਂ ਤੁਹਾਨੂੰ ਅਨਕਰੀਬ।
ਤੇ ਬਾਬਾ ਟੇਕ ਕੇਅਰ। ਅਗਰ ਬਲੌਗ ਸਾਡਾ ਅੱਛਾ ਲੱਗੇ ਸਾਨੂੰ ਲਾਈਕ ਸਬਸਕ੍ਰਾਈਬ ਕਰ ਦਿਓ, ਫਾਲੋ ਸਾਨੂੰ ਕਰ ਲਓ, ਸਾਡੇ ਬਲੌਗ ਵੇਖਿਆ ਕਰੋ, ਸਾਨੂੰ ਕਮੈਂਟ ਕਰਕੇ ਦੱਸਿਆ ਰੁੱਖ ਕਰੋ ਤੁਹਾਨੂੰ ਕਿਵੇਂ ਦਾ ਲੱਗਦਾ। ਅੱਲਾ ਹਾਫਿਜ਼ ਤੇ ਅੱਲਾ ਹਾਫਿਜ਼। ਵੇਖ ਕਿਵੇਂ ਜੁੜ ਗਏ ਨੀ, ਮੇਰਾ ਇੰਤਜ਼ਾਰ ਕੋਣ ਕਰਨਾ ਤੁਸੀਂ।